ਸਾਨੂੰ ਇੰਨੀ ਗੱਲ ਦੱਸੀ ਵੀ ਤੁਸੀਂ 15,000 ਦੀ ਇੱਕ ਸਪਰੇਅ ਆਉਂਦੀ ਆ ਉਹ ਸਪਰੇਅ ਦੇ ਜ਼ਰੀਏ ਤੁਹਾਨੂੰ ਸਭ ਠੀਕ ਹੋ ਜਾਵੇਗਾ ਅਤੇ ਦੂਸਰੇ ਨੰਬਰ 'ਤੇ ਤੁਹਾਨੂੰ ਧਰਮ ਪਰਿਵਰਤਨ ਕਰਾਉਣਾ ਪੈਣਾ ਮਤਲਬ ਕਿ ਸਾਨੂੰ ਬਪਤਿਸਮਾ ਲੈਣਾ ਪੈਣਾ ਅਸੀਂ ਮੇਰੇ ਗੁਆਂਢੀ ਅੱਜ ਵੀ ਮੌਜੂਦਾ ਮੇਰੇ ਕੋਲ ਅੱਜ ਵੀ ਮੈਂ ਉਸ ਪੈਸੇ ਨਹੀਂ ਦੇ ਸਕਿਆ ਮੈਂ ਉਹਨਾਂ ਦੇ ਕੋਲੋਂ 15,000 ਰੁਪਇਆ ਚੁੱਕ ਕੇ ਵਿਆਜ ਤੋਂ ਮੈਂ ਲੈ ਕੇ ਆਇਆ ਅਤੇ ਅੱਜ ਵੀ ਮੈਂ ਉਹ ਦੇਣਾ ਅਜੇ ਇਹਨਾਂ ਦਾ ਕੋਈ ਵੀ ਅਜੇ ਤੱਕ ਇਲਾਜ ਨਹੀਂ ਹੋਇਆ ਇਸ ਗੱਲ ਨੂੰ 6 ਮਹੀਨੇ ਹੋ ਗਏ ਆ ਤੁਸੀਂ 15,000 ਰੁਪਇਆ ਚਰਚ ਦੇ ਵਿੱਚ ਦਿੱਤਾ ਆਪਾਂ ਉਹਨਾਂ ਨੂੰ ਦਿੱਤਾ ਸੀ ਜੀ ਬਾਈ ਹਾਂ ਇੱਕ ਕਾਲਾ ਬੈਗ ਆ ਸੀ ਪਰਸੋਂ ਖੁਦ ਰੱਖੀ ਵੇਖਿਆ ਜਿੰਨੇ ਵੀ ਬੰਦੇ ਇੱਕ ਕਾਲੇ ਬੈਗ 'ਚ 15,000 25,000 ਛੋਟੀ ਪਰੇ ਦਾ ਪਾਉਂਦੇ ਆ ਜਿਹਦੇ ਕੱਪੜੇ ਥੋੜ੍ਹੇ ਚੰਗੇ ਹੁੰਦੇ ਆ ਉਹਦੇ ਕੋਲ 25,000 ਲੈਂਦੇ ਆ ਜਿਹਦੇ ਕੱਪੜੇ ਮੇਰੇ ਵਰਗੇ ਹੁੰਦੇ ਆ ਉਹਦੇ ਕੋਲ 15,000 ਮੰਗ ਲੈਂਦੇ ਆ 9 ਦਿਨ ਮੈਂ ਉੱਥੇ ਮੈਨੂੰ ਉਹਨਾਂ ਨੇ ਚਰਚ 'ਚ ਬਹੁਤ ਜ਼ਿਆਦਾ ਬੰਨ੍ਹ ਕੇ ਰੱਖਿਆ ਜਿੱਦਾਂ ਕਿ ਮੈਨੂੰ ਅਲੱਗ ਕਰਕੇ ਬਿਠਾ ਕੇ ਰੱਖਿਆ ਮੇਰੇ ਨਾਲ ਕੋਈ ਮੇਲ ਜੋਲ ਨਹੀਂ ਕੀਤਾ ਇਸ ਲਈ ਨਹੀਂ ਕੀਤਾ ਕਿ ਮੈਂ ਚਰਚ ਦੀਆਂ ਬਹੁਤ ਸਾਰੀਆਂ ਗੱਲਾਂ ਸਰ ਜਾਣ ਚੁੱਕਾ ਸੀ ਇਹਨਾਂ ਦੇ ਇੱਕ ਬਾਉਂਸਰ ਆ ਜਿਹਦਾ ਨਾਂ ਬਿੰਦਰ ਆ ਉਹਨੇ ਕਿਹਾ ਮੇਰੀ ਵਾਈਫ ਨੂੰ ਵੀ ਚਰਚ ਦੇ ਵਿੱਚ 40,000 ਦੇ ਕੇ ਆਪਾਂ ਲਾਸ਼ਾਂ ਚੁਕਾਉਂਦੇ ਹਾਂ ਤੇਰੇ ਢਿੱਡ ਪੀੜ ਹੁੰਦੀ ਨਾ ਤੂੰ ਬਹਿ ਜਾ ਆਰਾਮ ਨਾਲ ਅਸੀਂ ਜਿੱਦਾਂ ਉੱਥੋਂ ਭੱਜੇ ਹਾਂ ਸਰ ਬਰਸਾਤ ਨਾ ਆਉਂਦੀ ਤਾਂ ਸਾਨੂੰ ਉਹਨਾਂ ਨੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਤੇਰੀ ਪਿਆਰ ਕਿੱਥੇ ਦੇ ਰਹਿਣ ਵਾਲੇ ਗੁਰਦਾਸਪੁਰ ਸ਼ਹਿਰ ਬਟਾਲਾ ਸਰ ਕੀ ਗੱਲ ਕੀ ਹੋਈ ਸੀਗੀ ਸਰ ਸਰ ਆਪਾਂ ਪਹਿਲੇ ਦਿਨ ਸਾਡੇ ਗੁਆਂਢ ਨੇ ਕ੍ਰਿਸਚਨ ਰਾਜੀ ਦੇ ਬੰਦੇ ਜੀ ਜਿਨ੍ਹਾਂ ਦਾ ਨਾਮ ਕਾਲਾ ਵਾ ਜੀ ਸਰ ਮੇਰੀ ਮਿਸਿਜ ਕੁਝ ਠੀਕ ਨਹੀਂ ਸੀ ਪੇਟ 'ਚ ਬਹੁਤ ਹੀ ਜ਼ਿਆਦਾ ਬਿਮਾਰ ਸੀ ਤਾਂ ਸਰ ਉਸ ਕਾਲੇ ਨੇ ਸਾਨੂੰ ਦੱਸਿਆ ਵੀ ਜਿਵੇਂ ਤੇਰੀ ਘਰ ਦੀ ਬਿਮਾਰ ਆ ਤੂੰ ਮੇਰੇ ਨਾਲ ਚੱਲ ਤਾਜਪੁਰ ਚਰਚ ਵਿੱਚ ਸਭ ਕੁਛ ਠੀਕ ਹੁੰਦਾ ਜੀ ਸਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਜਾਣਾ ਠੀਕ ਰਹੇਗਾ ਕਿ ਨਹੀਂ ਮੈਂ ਸਰ ਆਪਣੇ ਘਰ ਗੱਲ ਕੀਤੀ ਅਤੇ ਬਿਮਾਰੀ ਦੀ ਵਜ੍ਹਾ ਨਾਲ ਮੈਨੂੰ ਆਉਣਾ ਪੈ ਗਿਆ ਕਿਉਂਕਿ ਮੈਂ ਇੱਕ ਮਜ਼ਦੂਰ ਬੰਦਾ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਬੱਸ ਆਉਂਦੀ ਉਹਨਾਂ ਦੇ ਨਾਲ ਮੈਂ ਇੱਥੇ ਆ ਗਿਆ ਤਾਜਪੁਰ ਚਰਚ ਵਿੱਚ ਸਰ ਉਸ ਤੋਂ ਬਾਅਦ ਜੋ ਤਾਜਪੁਰ ਚਰਚ ਵਿੱਚ ਆਉਣ ਕਰਕੇ ਮੈਨੂੰ ਇਹਨਾਂ ਨੇ ਸਾਰੇ ਇਹਨਾਂ ਦੇ ਕਾਨੂੰਨ ਜੋ ਕਿ ਬਹੁਤ ਭੱਦੇ ਕਾਨੂੰਨ ਸੀ ਸਭ ਮੈਨੂੰ ਸਮਝ ਹੋਣ ਆਏ ਆ ਪਰ ਇਹਨਾਂ ਨੇ ਤਾਂ ਪਹਿਲਾਂ ਸਾਨੂੰ ਕਿਹਾ ਵੀ ਤੁਹਾਨੂੰ ਕੋਈ ਗੱਲ ਨਹੀਂ ਦੂਸਰੇ ਸੰਡੇ ਤੁਹਾਡੇ ਨਾਲ ਗੱਲ ਕਰਾਂਗੇ ਪਹਿਲੇ ਸੰਡੇ ਨੇ ਸਾਨੂੰ ਇੱਕ ਤੇਲ ਦੀ ਸ਼ੀਸ਼ੀ ਛੋਟੀ ਜਿਹੀ ਅਤੇ ਇੱਕ ਪਾਣੀ ਦੀ ਸ਼ੀਸ਼ੀ ਛੋਟੀ ਜਿਹੀ ਦਿੱਤੀ ਉਹਦੇ ਇਹਨਾਂ ਨੇ 400 ਰੁਪਏ ਚਾਰਜ ਕੀਤੇ ਮੁੜ ਕੇ ਇਹਨਾਂ ਸਾਨੂੰ ਇੰਨੀ ਗੱਲ ਦੱਸੀ ਵੀ ਤੁਸੀਂ 15,000 ਦੀ ਇੱਕ ਸਪਰੇਅ ਆਉਂਦੀ ਆ ਉਹ ਸਪਰੇਅ ਦੇ ਜ਼ਰੀਏ ਤੁਹਾਨੂੰ ਸਭ ਠੀਕ ਹੋ ਜਾਵੇਗਾ ਅਤੇ ਦੂਸਰੇ ਨੰਬਰ 'ਤੇ ਤੁਹਾਨੂੰ ਧਰਮ ਪਰਿਵਰਤਨ ਕਰਾਉਣਾ ਪੈਣਾ ਮਤਲਬ ਕਿ ਸਾਨੂੰ ਬਪਤਿਸਮਾ ਲੈਣਾ ਪੈਣਾ ਸਰ ਉਸ ਤੋਂ ਬਾਅਦ ਅਸੀਂ ਜਦੋਂ ਅਗਲੇ ਸੰਡੇ ਆਏ ਸਰ ਸਾਨੂੰ 15,000 ਦਾ ਪਤਾ ਸੀ ਅਸੀਂ ਮੇਰੇ ਗੁਆਂਢੀ ਅੱਜ ਵੀ ਮੌਜੂਦਾ ਮੇਰੇ ਕੋਲ ਅੱਜ ਵੀ ਮੈਂ ਉਸ ਪੈਸੇ ਨਹੀਂ ਦੇ ਸਕਿਆ ਮੈਂ ਉਹਨਾਂ ਦੇ ਕੋਲੋਂ 15,000 ਰੁਪਇਆ ਚੁੱਕ ਕੇ ਵਿਆਜ ਤੋਂ ਮੈਂ ਲੈ ਕੇ ਆਇਆ ਅਤੇ ਅੱਜ ਵੀ ਮੈਂ ਉਹ ਦੇਣਾ ਅਜੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਵੀ ਅਜੇ ਤੱਕ ਇਲਾਜ ਨਹੀਂ ਹੋਇਆ ਇਸ ਗੱਲ ਨੂੰ 6 ਮਹੀਨੇ ਹੋ ਗਏ ਆ ਅਤੇ ਤੁਸੀਂ 15,000 ਰੁਪਇਆ ਚਰਚ ਦੇ ਵਿੱਚ ਦੇ ਦਿੱਤਾ ਆਪਾਂ ਉਹਨਾਂ ਨੂੰ ਦਿੱਤਾ ਸੀ ਜੀ ਬਾਈ ਹਾਂਜੀ ਕਿਹਨੂੰ ਦਿੱਤਾ ਕੀ ਨਾਮ ਆ ਉਹਨਾਂ ਦਾ ਕੁਝ ਪਤਾ ਉਹਨਾਂ ਦਾ ਨਾਮ ਮਨਪ੍ਰੀਤ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਹਾਂਜੀ ਕਿਉਂਕਿ ਉਹ ਹੀ ਸਾਰੇ ਪੈਸੇ ਲੈਂਦੇ ਆ ਇੱਕ ਕਾਲਾ ਬੈਗ ਆ ਸੀ ਪਰਸੋਂ ਵੀ ਖੁਦ ਰੱਖੀ ਵੇਖਿਆ ਜਿੰਨੇ ਵੀ ਬੰਦੇ ਇੱਕ ਕਾਲੇ ਬੈਗ 'ਚ 15,000 25,000 ਛੋਟੀ ਪਰੇ ਦਾ ਪਾਉਂਦੇ ਆ ਜਿਹਦੇ ਕੱਪੜੇ ਥੋੜ੍ਹੇ ਚੰਗੇ ਹੁੰਦੇ ਆ ਉਹਦੇ ਕੋਲ 25,000 ਲੈਂਦੇ ਆ ਜਿਹਦੇ ਕੱਪੜੇ ਮੇਰੇ ਵਰਗੇ ਹੁੰਦੇ ਆ ਉਹਦੇ ਕੋਲ 15,000 ਮੰਗ ਲੈਂਦੇ ਆ ਕੀ ਕਾਰਨ ਆ ਉਹ ਪੈਸੇ ਮੰਗਣ ਦਾ ਸਰ ਉਹਨਾਂ ਦਾ ਇਹ ਕਾਰਨ ਸੀ ਕਿ ਤੁਸੀਂ ਜਦੋਂ ਲੇ ਹੈਂਡ ਕਰਾਓਗੇ ਤੁਹਾਨੂੰ ਪਾਸਟਰ ਜੀ ਨਾਲ ਮਿਲਾਵਾਂਗੇ ਤੁਹਾਡੇ ਅਤੇ ਲੇ ਹੈਂਡ ਪਰੇ ਹੋਏਗੀ ਜਿਹਨੂੰ ਉਹ ਲੇ ਹੈਂਡ ਕਹਿੰਦੇ ਨੇ ਉਸਦੇ ਵਧੀਆ ਬਾਵਜੂਦ ਆਪਾਂ ਠੀਕ ਹੋ ਜਾਵਾਂਗੇ ਜੀ ਪਰ ਸਰ ਅੱਜ 6 ਮਹੀਨੇ ਦੇ ਪ੍ਰਤੀ ਨਾ ਅੱਜ ਠੀਕ ਹੋ ਜਾਏ ਆ ਅੱਜ ਮੈਂ ਚਰਚ ਦੇ ਵਿੱਚ ਆਣ ਕੇ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਮੈਂ ਚਰਚ ਦੇ ਵਿੱਚ ਕੁਝ ਦਿਨ ਰਹਿ ਕੇ ਆਪਣਾ ਦੁਖੜਾ ਸੁਣਾਉਣਾ ਉਹਨਾਂ ਨੂੰ ਸਰ ਮੈਂ ਜਦੋਂ ਚਰਚ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਅੱਜ 15 ਦਿਨ ਹੋ ਚੁੱਕੇ ਆ ਸਰ ਮੈਂ 3 ਦਿਨ ਸੇਵਾ ਕੀਤੀ ਆ ਬਸ ਚਰਚ ਦੇ ਵਿੱਚ ਉਸ ਤੋਂ ਬਾਅਦ 9 ਦਿਨ ਮੈਂ ਉੱਥੇ ਮੈਨੂੰ ਉਹਨਾਂ ਨੇ ਚਰਚ 'ਚ ਬਹੁਤ ਜ਼ਿਆਦਾ ਬੰਨ੍ਹ ਕੇ ਰੱਖਿਆ ਜਿੱਦਾਂ ਕਿ ਮੈਨੂੰ ਅਲੱਗ ਕਰਕੇ ਬਿਠਾ ਕੇ ਰੱਖਿਆ ਮੇਰੇ ਨਾਲ ਕੋਈ ਮੇਲ ਜੋਲ ਨਹੀਂ ਕੀਤਾ ਇਸ ਲਈ ਨਹੀਂ ਕੀਤਾ ਕਿ ਮੈਂ ਚਰਚ ਦੀਆਂ ਬਹੁਤ ਸਾਰੀਆਂ ਗੱਲਾਂ ਸਰ ਜਾਣ ਚੁੱਕਾ ਸੀ ਜਿਵੇਂ ਕਿ ਇੱਕ ਲੜਕੀ ਨੌਜਵਾਨ ਲੜਕੀ ਦੀ ਡੈਥ ਹੋ ਗਈ ਜਿਹਦੇ ਪਹਿਲਾਂ ਉਹਨਾਂ ਨੇ ਇਹਨਾਂ ਨੇ ਕੋਲੋਂ 15,000 ਰੁਪਇਆ ਮੰਗਿਆ ਉਸ ਤੋਂ ਬਾਅਦ ਉਸ ਲੜਕੀ ਦੀ ਡੈਥ ਹੋ ਗਈ ਜਿਹਦੇ ਕਾਰਨ ਉਹਨਾਂ ਨੂੰ ਉਹਨਾਂ ਕੋਲ ਪੈਸੇ ਨਹੀਂ ਜਾਣ ਵਾਸਤੇ ਪਰ ਸਰ ਇਹਨਾਂ ਨੇ 40,000 ਰੁਪਇਆ ਦੇ ਕੇ ਉਹਨਾਂ ਦੀ ਲਾਸ਼ ਚੁਕਵਾਈ ਇਸ ਲਈ ਚੁਕਵਾਈ ਕਿ ਉਸ ਤੋਂ ਸੰਡੇ ਮੀਟਿੰਗ ਸੀ ਉਹਨਾਂ ਦੀ ਉਸ ਤੋਂ ਬਾਅਦ ਮੈਂ ਦੇਖਿਆ ਚਰਚ ਦੇ ਵਿੱਚੋਂ ਚਰਚ ਵਾਲੇ ਨੇ ਪੈਸੇ ਦੇ ਕੇ ਜਿਹੜੇ ਕਿ ਚਰਚ ਵੱਲੋਂ ਪੈਸੇ ਦੇ ਕੇ ਜਿਹੜੀ ਹੈ ਕਿ ਸਰ ਇਹਨਾਂ ਦੇ ਇੱਕ ਬਾਉਂਸਰ ਆ ਜਿਹਦਾ ਨਾਂ ਬਿੰਦਰ ਆ ਉਹਨੇ ਕਿਹਾ ਮੇਰੀ ਵਾਈਫ ਨੂੰ ਵੀ ਚਰਚ ਦੇ ਵਿੱਚ 40,000 ਦੇ ਕੇ ਆਪਾਂ ਲਾਸ਼ਾਂ ਚੁਕਾਉਂਦੇ ਹਾਂ ਤੇਰੇ ਢਿੱਡ ਪੀੜ ਹੁੰਦੀ ਨਾ ਤੂੰ ਬਹਿ ਜਾ ਆਰਾਮ ਨਾਲ ਇਹਨੇ ਖਾਣਾ ਨਹੀਂ ਖਾਧਾ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਮੈਨੂੰ ਫੋਨ ਦੇ ਦਿਓ ਮੈਂ ਗੱਲ ਕਰਨਾ ਘਰ ਮੇਰੀ ਘਰ ਦੀ ਠੀਕ ਨਹੀਂ ਉਸ ਦੇ ਬਾਵਜੂਦ ਜਦੋਂ ਇਹਨਾਂ ਨੇ ਦੱਸਿਆ ਨਾ ਮੈਨੂੰ
ਵੀ ਤੂੰ ਇੱਕ ਵੀਡੀਓ ਬਣਾ ਇਹਨਾਂ ਕੁਝ ਕਾਗਜ਼ਾਂ ਦੇ ਮੇਰੇ ਕੋਲ ਸੈਨ ਕਰਵਾਏ ਵੀ ਤੂੰ ਇਹਦੀ ਦਵਾਈ ਫੇਰ ਲੈ ਸਕਦਾ ਸਰ ਮੈਂ ਉਹ ਸੈਨ ਵੀ ਬਿਨਾਂ ਅੱਖਾਂ ਦੇ ਪੱਟੀ ਬੰਨ੍ਹ ਕੇ ਕੀਤੇ ਵੀਡੀਓ ਵੀ ਮੈਂ ਬਿਨਾਂ ਸੋਚ ਤੋਂ ਬਣਾ ਕੇ ਦਿੱਤੀ ਕਿਉਂਕਿ ਮੇਰਾ ਜੀਵਨ ਸਾਥੀ ਬਹੁਤ ਜ਼ਿਆਦਾ ਬਿਮਾਰ ਸੀ ਅੱਜ ਮੇਰੇ ਨਾਲ ਹੈ ਪਰ ਅਸੀਂ ਜਿੱਦਾਂ ਉੱਥੋਂ ਭੱਜੇ ਹਾਂ ਸਰ ਬਰਸਾਤ ਨਾ ਆਉਂਦੀ ਤਾਂ ਸਾਨੂੰ ਉਹਨਾਂ ਨੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਤੁਸੀਂ ਕਿੱਥੇ ਰਹੇ 9 ਦਿਨ ਕਿੱਦਾਂ ਰਹੇ ਕਿਸ ਹਾਲਾਤ ਦੇ ਵਿੱਚ ਰਹੇ ਸਰ ਅਸੀਂ 9 ਦਿਨ ਇਸ ਹਾਲਾਤ 'ਚ ਰਹੇ ਹਾਂ ਸਾਨੂੰ ਉਹਨਾਂ ਨੇ ਸਾਰੀ ਸੰਗਤ ਨੂੰ ਵੱਖਰੇ ਕਰ ਦਿੱਤਾ ਸੀ ਜੇ ਸਾਡੇ ਕੋਲ ਕੋਈ ਬਹਿੰਦਾ ਸੀ ਉਹਨੂੰ ਉਹ ਡਾਂਟਦੇ ਸੀ ਬੇਕਾਇਦਾ ਮੇਰੇ ਕੋਲ ਉਹ ਪਰੂਫ ਵੀ ਹੈਗੇ ਨੇ ਜਿਨ੍ਹਾਂ ਨੇ ਸਾਡੇ ਕੋਲ ਬੈਠੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਜਿਨ੍ਹਾਂ ਕੋਲ ਅਸੀਂ ਬੈਠੇ ਸਾਡੀ ਵੀ ਬੇਇੱਜ਼ਤੀ ਕੀਤੀ ਗਈ ਅਤੇ ਸਾਨੂੰ ਸਭ ਤੋਂ ਵੱਖਰਾ ਰੱਖਿਆ ਗਿਆ ਅਤੇ ਜੋ ਵੀ ਉਹਨਾਂ ਦੇ ਕਹਿਣ 'ਤੇ ਜੋ ਵੀ ਮੈਨੂੰ ਕਹਿੰਦੇ ਸੀ ਮੈਨੂੰ ਕੰਮ ਕਰਨਾ ਪੈਂਦਾ ਸੀ ਅਤੇ ਕੀ ਤੁਹਾਡੇ ਕੋਈ ਸਮਾਨ ਵਗੈਰਾ ਵੀ ਲਿਆ ਆਏ ਸਰ ਮੇਰਾ ਸਮਾਨ ਅੱਜ ਵੀ ਉੱਥੇ ਮੌਜੂਦ ਹੈ ਮੇਰੀ ਸਕੂਟੀ ਹੈ ਇੱਕ TVS ਆ ਜਿਹਦਾ ਨੰਬਰ PB06 ਆ 39 44 ਉਹਦਾ ਨੰਬਰ ਆ ਅਤੇ ਮੇਰਾ ਇੱਕ ਮੋਬਾਈਲ ਆ ਜਿਹਦੇ ਵਿੱਚ ਇੱਕ ਸਿਮ ਆ 7878311499 ਉਹਦਾ ਨੰਬਰ ਆ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਆ ਮੈਂ ਉਹਨਾਂ ਕੋਲ ਬਹੁਤ ਮੰਗਿਆ ਮੈਨੂੰ ਕਹਿੰਦੇ ਕਿ ਤੈਨੂੰ ਹੁਣੇ ਹੀ ਆਪਾਂ ਫੋਨ 'ਤੇ ਸਕੂਟੀ ਦੇ ਕੇ ਘਰ ਭੇਜ ਦਾਂਗੇ ਤੂੰ ਆ ਵੀਡੀਓ ਬਣਾ